www.jainoutlook.com ਦੇ ਜ਼ਰੀਏ ਇੱਕ ਸਾਡੇ ਸਾਥੀਆਂ ਨੇ ਬੜਾ ਹੀ ਸ਼ਲਾਘਾਯੋਗ ਜਿਹੜਾ ਕੰਮ ਕਰਨ ਦੀ ਕੋਸ਼ਿਸ਼ ਕੀਤੀ ਹੈ, ਜਿਹਦੇ ਵਿੱਚ ਕਿ ਸਾਡੇ ਜੈਨ ਧਰਮ ਦੇ 23ਵੇਂ ਤੀਰਥੰਕਰ ਜਿਨ੍ਹਾਂ ਨੂੰ ਅਸੀਂ ਪਰਮਪਿਤਾ ਪਰਮਾਤਮਾ ਪਾਰਸ਼ਨਾਥ ਸਵਾਮੀ ਔਰ ਸਾਡੇ 24ਵੇਂ ਤੀਰਥੰਕਰ ਭਗਵਾਨ ਮਹਾਵੀਰ ਸਵਾਮੀ, ਉਹਨਾਂ ਦੇ ਸਾਰੇ ਜੀਵਨ ਕਾਲ ਦੇ ਉੱਤੇ ਜੋ ਉਹਨਾਂ ਦੇ ਆਪਣੇ ਬਚਨ ਸੀਗੇ, ਜੋ ਉਹਨਾਂ ਦੀ ਬਾਣੀ ਸੀਗੀ ਕਿ ਜਿਸ ਨੂੰ ਉਹਨਾਂ ਨੇ ਖੁਦ ਪ੍ਰਾਪਤ ਕੀਤਾ ਆਤਮ ਗਿਆਨ ਨੂੰ, ਔਰ ਉਸੇ ਆਤਮ ਗਿਆਨ ਨੂੰ ਉਹਨਾਂ ਨੇ ਆਪਣੀ ਬਾਣੀ ਦੇ ਜ਼ਰੀਏ, ਆਪਣੀ ਵਾਕਾਂ ਦੇ ਜ਼ਰੀਏ ਹਰ ਜੀਵ ਤੱਕ ਪਹੁੰਚਾਇਆ ਕਿ ਹਰ ਜਿਹੜਾ ਪ੍ਰਾਣੀ ਹੈ ਉਸ ਆਤਮ ਗਿਆਨ ਨੂੰ ਹੀ ਪ੍ਰਾਪਤ ਕਰੇ। ਉਹਦੇ ਲਈ ਉਹਨਾਂ ਨੇ ਸਾਰਿਆਂ ਦਾ ਹੀ ਮਾਰਗ ਦਰਸ਼ਨ ਕੀਤਾ। ਅੱਜ ਉਸੇ ਗੱਲਾਂ ਨੂੰ ਲੈ ਕੇ ਸਾਡੀ ਇਹ ਟੀਮ ਜਿਹੜੀ ਹੈ, ਇੱਕ ਸ਼ੋਅ ਜਿਹੜਾ ਪਿਛਲੇ ਸਾਲ ਉਹਨਾਂ ਨੇ ਔਰਗਨਾਈਜ਼ ਕੀਤਾ ਸੀਗਾ, ਜਿਹਦਾ ਨਾਮ ਸੀ ਕੌਣ ਬਣੇਗਾ ਆਤਮ ਗਿਆਨੀ, ਔਰ ਅੱਜ ਇਸ ਸਾਲ ਉਸ ਦਾ ਦੂਸਰਾ ਜਿਹੜਾ ਹੈ ਭਾਗ ਜਿਹੜਾ ਹੈ ਉਹ ਰਿਲੀਜ਼ ਕਰ ਰਹੇ ਨੇ, ਔਰ ਉਹਦੇ ਵਿੱਚ ਮੰਤਵ ਜਿਹੜਾ ਸਾਡੀ ਸਾਰੀ ਟੀਮ ਹੈ ਉਹਦਾ ਇਹੀ ਹੈ ਕਿ ਉਸ ਆਤਮ ਗਿਆਨ ਨੂੰ ਹਰ ਜਨ ਜਨ ਤੱਕ ਪਹੁੰਚਾਇਆ ਜਾਵੇ, ਔਰ ਬੱਚਾ ਬੱਚਾ ਉਸ ਆਤਮ ਗਿਆਨ ਨੂੰ ਪੜ੍ਹੇ, ਸੁਣੇ, ਸਿੱਖੇ, ਜਾਣੇ ਅਤੇ ਆਪਣੇ ਜੀਵਨ ਦੇ ਵਿੱਚ ਵੀ ਉਤਾਰੇ। ਸੋ ਇਸ ਲਈ ਇਹ ਜਿਹੜਾ ਸ਼ਲਾਘਾਯੋਗ ਕਾਰਜ ਜਿਹੜਾ ਹੈ jainoutlook.com ਦੀ ਟੀਮ ਜਿਹੜੀ ਕਰ ਰਹੀ ਹੈ, ਇਹਦੇ ਲਈ ਇਹ ਸਾਰੇ ਤਾਂ ਵਧਾਈ ਦੇ ਪਾਤਰ ਹੈ ਹੀ ਨੇ, ਪਰ ਉਹਦੇ ਨਾਲ ਨਾਲ ਸਾਰੇ ਜੈਨ ਸਮਾਜ ਦਾ ਇੱਕ ਫਰਜ਼ ਬਣ ਜਾਂਦਾ ਹੈ ਕਿ ਉਹ ਸਾਰੇ ਜਣੇ ਜਿਹੜੇ ਕਿ, ਕਿਉਂਕਿ ਸਾਡੇ ਗੁਰਦੇਵ ਰਤਨਾਕਰ ਸੂਰੀ ਜੀ ਇੱਕ ਗੱਲ ਕਿਹਾ ਕਰਦੇ ਸੀਗੇ ਕਿ ਜੇ ਯੂਥ ਜਿਹੜਾ ਯੰਗ ਹੈ, ਜੋ ਜਵਾਨ ਹੈ, ਉਹ ਅਗਰ ਧਰਮ ਨੂੰ ਆਪਣੇ ਜੀਵਨ ਦੇ ਵਿੱਚ ਲੈ ਕੇ ਆਉਂਦਾ ਹੈ ਤਾਂ ਦੋ ਪੀੜ੍ਹੀਆਂ ਉਹਦੇ ਨਾਲ ਅੱਗੇ ਵੱਧਦੀਆਂ, ਬਜ਼ੁਰਗ ਉਹਨੂੰ ਦੇਖ ਕੇ ਖੁਸ਼ ਹੁੰਦੇ ਨੇ ਔਰ ਬੱਚੇ ਉਹਦੇ ਤੋਂ ਸਿੱਖਿਆ ਪ੍ਰਾਪਤ ਕਰਦੇ ਨੇ। ਸੋ ਇਹ ਕਾਰਜਕ੍ਰਮ ਵੀ ਜਿਹੜਾ ਇਹਨਾਂ ਨੇ ਕੀਤਾ ਹੈ ਉਹ 16 ਵਰਸ਼ ਤੋਂ ਲੈ ਕੇ 45 ਸਾਲ ਦੀ ਆਯੂ ਤੱਕ ਦੇ ਯੁਵਕਾਂ ਔਰ ਯੁਵਤੀਆਂ ਦੇ ਲਈ ਇਹ ਕੀਤਾ ਹੈ। ਸੋ ਮੈਂ ਇਹ ਸਾਰੀ ਜੈਨ ਸਮਾਜ ਨੂੰ ਅਪੀਲ ਕਰਨਾ ਚਾਹਾਂਗਾ ਇਸ ਵੀਡੀਓ ਦੇ ਮਾਧਿਅਮ ਨਾਲ ਕਿ ਸਾਰਾ ਜੈਨ ਸਮਾਜ ਜਨ ਜਨ, ਕਿਉਂਕਿ ਇਹਦੇ ਵਿੱਚ ਕੋਈ ਸੰਪਰਦਾਇਵਾਦ ਨਹੀਂ, ਚਾਰੋ ਹੀ ਸੰਪਰਦਾਇ ਜਿੰਨੇ ਵੀ ਆਪਸੀ ਸਾਰੇ ਪਰਮਾਤਮਾ ਮਹਾਵੀਰ ਸਵਾਮੀ ਦੇ ਝੰਡੇ ਦੇ ਤਲੇ ਇੱਕ ਹਾਂ ਅਤੇ ਉਹਨਾਂ ਦੇ ਜੀਵਨ ਨੂੰ ਹੀ ਜਾਣਨ ਦਾ ਇੱਕ ਬੜਾ ਵੱਡਾ ਸਾਡੇ ਕੋਲ ਸੁਅਵਸਰ ਜਿਹੜਾ ਮਿਲ ਰਿਹਾ ਹੈ। ਸੋ ਇਸ ਨੂੰ ਅਸੀਂ ਜ਼ਰੂਰ 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 ਜਿਹੜਾ ਇਹ ਅਵਸਰ ਹੈ ਇਹਨੂੰ ਆਪਣੇ ਹੱਥ 'ਚੋਂ ਕਦੀ ਜਾਣ ਨਾ ਦਈਏ, ਮੌਕਾ ਖੁੰਝਣ ਨਾ ਦਈਏ ਆਪਣੇ ਹੱਥ 'ਚੋਂ। ਤੋ ਮੇਰੀ ਇਹੀ ਬੇਨਤੀ ਹੈ ਸਾਰੇ ਸਮਾਜ ਨੂੰ ਕਿ ਜ਼ਰੂਰ ਜ਼ਰੂਰ ਤੁਸੀਂ ਇਹ ਕੌਣ ਬਣੇਗਾ ਆਤਮ ਗਿਆਨੀ, ਜਿਹੜਾ ਕਿ jainoutlook.com ਦੇ ਪਲੇਟਫਾਰਮ ਤੋਂ ਪ੍ਰੋਗਰਾਮ ਰਿਲੀਜ਼ ਹੋ ਰਿਹਾ, ਇਹਦੇ ਨਾਲ ਜ਼ਰੂਰ ਜ਼ਰੂਰ ਜੁੜੋ ਔਰ ਆਪਣੇ ਆਤਮ ਗਿਆਨ ਨੂੰ ਵਧਾਓ, ਪਰਮਾਤਮਾ ਦੇ ਜੀਵਨ ਨੂੰ ਸੁਣੋ, ਸਮਝੋ ਔਰ ਉਸ ਨੂੰ ਆਪਣੇ ਜੀਵਨ ਦੇ ਵਿੱਚ ਉਤਾਰਨ ਦੀ ਕੋਸ਼ਿਸ਼ ਕਰੋ। ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ।